ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਦਾ ਹੋਸਟ ਗੁਰਜੀਤ ਸਿੰਘ ਝਾਂਪਰ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਆਪ ਜੀ ਹੁਕਮਨਾਮਾ ਸਾਹਿਬ ਦੀ ਵਿਆਖਿਆ ਸੁਣਦੇ ਹੋ, ਸ਼ੇਅਰ ਕਰਦੇ ਹੋ ਅਤੇ ਨਾਲ ਹੀ ਸਪੋਰਟ ਕਰਦੇ ਹੋ। ਅਤੇ ਆਸ ਕਰਦਾ ਹਾਂ ਕਿ ਆਪ ਜੀ ਇਸ ਨੂੰ ਹੋਰ ਵੀ ਵਧੀਆ ਬਣਾਉਣ ਲਈ ਸਾਡਾ ਸਹਿਯੋਗ ਦਿਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਠ ਮਹੱਲਾ ਪੰਜਵਾਂ, ਘਰ ਪਹਿਲਾ ਅਸ਼ਟਪਦੀਆਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਭ ਜਗ ਜਿਨੇ ਉਪਾਇਆ ਭਾਈ, ਕਰਨ ਕਾਰਨ ਸਮਰੱਥ। ਜੀਓ ਪਿੰਡ ਜਿਨ ਸਾਜਿਆ ਭਾਈ, ਦੇ ਕਰਿਆ ਪਣੀ ਵੱਥ। ਸਭ ਜਗ ਜਿਨੇ ਉਪਾਇਆ ਭਾਈ, ਕਰਨ ਕਾਰਨ ਸਮਰੱਥ। ਜੀਓ ਪਿੰਡ ਜਿਨ ਸਾਜਿਆ ਭਾਈ, ਦੇ ਕਰਿਆ ਪਣੀ ਵੱਥ। ਕਿਨ ਕਹੀਐ ਕਿਉ ਦੇਖੀਐ ਭਾਈ, ਕਰਤਾ ਏ ਕਿਆ ਕੱਥ। ਗੁਰ ਗੋਬਿੰਦ ਸਲਾਹੀਐ ਭਾਈ, ਜਿਸ ਤੇ ਜਾਪੈ ਤੱਥ। ਮੇਰੇ ਮਨ ਜਪੀਐ ਹਰ ਭਗਵੰਤਾ, ਨਾਮ ਦਾਨ ਦੇ ਜਨ ਆਪਣੇ, ਦੁੱਖ ਦਰਦ ਕਾ ਹੰਤਾ ਰਹਾਉ। ਜਾ ਕੈ ਘਰ ਸਭ ਕਿਛੁ ਹੈ ਭਾਈ, ਨੌਨਿਤ ਭਰੇ ਭੰਡਾਰ। ਤਿਸਕੀ ਕੀਮਤ ਨਾ ਪਵੈ ਪਾਈ, ਉੱਚਾ ਅਗਮ ਅਪਾਰ। ਜੀ ਜੰਤ ਪ੍ਰਤਪਾਲ ਦਾ ਭਾਈ, ਨਿਤ ਨਿਤ ਕਰਦਾ ਸਾਰ। ਸਤਿਗੁਰ ਪੂਰਾ ਭੇਟੀਐ ਭਾਈ, ਸ਼ਬਦ ਮਿਲਾਵਣ ਹਾਰ। ਸੱਚੇ ਚਰਨ ਸਰੇਵੀਐ ਭਾਈ, ਭਰਮ ਪਾ ਹੋਵੈ ਨਾਸ। ਮਿਲ ਸੰਤ ਸਭਾ ਮਨ ਮਾਂਜੀਐ ਭਾਈ, ਹਰ ਕੈ ਨਾਮ ਨਿਵਾਸ। ਮਿਟੇ ਅੰਧੇਰਾ ਅਗਿਆਨਤਾ ਭਾਈ, ਕਮਲ ਹੋਵੈ ਪ੍ਰਗਾਸ। ਗੁਰਬਚਨੀ ਸੁਖ ਉਪਜੈ ਭਾਈ, ਸਭ ਫਲ ਸਤਿਗੁਰ ਪਾਸ। ਮੇਰਾ ਤੇਰਾ ਛੋਡੀਐ ਭਾਈ, ਹੋਈਐ ਸਭ ਕੀ ਧੂਰ। ਘਟ ਘਟ ਬ੍ਰਹਮ ਪਸਾਰਿਆ ਭਾਈ, ਪੇਖੈ ਸੁਣੈ ਹਜੂਰ। ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ, ਤਿਤ ਦਿਨ ਮਰੀਐ ਝੂਰ। ਕਰਨ ਕਰਾਵਣ ਸਮਰੱਥੋ ਭਾਈ, ਸਰਬ ਕਲਾ ਭਰਪੂਰ। ਪ੍ਰੇਮ ਪਦਾਰਥ ਨਾਮ ਹੈ ਭਾਈ, ਮਾਇਆ ਮੋਹ ਵਿਨਾਸ਼। ਤਿਸ ਪਾਵੈ ਤਾਂ ਮੇਲ ਲੈ ਭਾਈ, ਹਿਰਦੈ ਨਾਮ ਨਿਵਾਸ। ਗੁਰਮੁਖ ਕਮਲ ਪ੍ਰਗਾਸੀਐ ਭਾਈ, ਹਿਰਦੈ ਹੋਵੈ ਪ੍ਰਗਾਸ। ਪ੍ਰਗਟ ਪਿਆ ਪ੍ਰਤਾਪ ਪ੍ਰਭ ਭਾਈ, ਮੌਲਿਆ ਧਰਤ ਆਕਾਸ। ਗੁਰਪੂਰੈ ਸੰਤੋਖਿਆ ਭਾਈ, ਐਨ ਸਲਾਗਾ ਭਾਉ। ਰਸਨਾ ਰਾਮ ਰਵੈ ਸਦਾ ਭਾਈ, ਸਾਚਾ ਸਾਧ ਸੁਆਉ। ਕਰਨੀ ਸੁਣ ਸੁਣ ਜੀਵਿਆ ਭਾਈ, ਨਿਚਲ ਪਾਇਆ ਥਾਉ। ਜਿਸ ਪ੍ਰਤੀਤ ਨਾ ਆਵਈ ਭਾਈ, ਸੋ ਜੀ ਅੜਾ ਜਲ ਜਾਉ। ਬਹੁ ਗੁਣ ਮੇਰੇ ਸਾਹਿਬੈ ਭਾਈ, ਹਉ ਤਿਸ ਕੈ ਬਲ ਜਾਉ। ਉਹ ਨਿਰਗੁਣ ਯਾਰੇ ਪਾਲਦਾ ਭਾਈ, ਦੇ ਨਿਥਾਵੇਂ ਥਾਉ।
ਰਿਜਕ ਸੰਭਾਹੇ ਸਾਸ ਸਾਸ ਭਾਈ ਗੂੜਾ ਜਾ ਕਾ ਨਾਉ। ਜਿਸ ਗੁਰ ਸਾਚਾ ਭੇਟੀਐ ਭਾਈ ਪੂਰਾ ਤਿਸ ਕਰਮਾਉ। ਤਿਸ ਬਿਨ ਘੜੀ ਨਾ ਜੀਵੀਐ ਭਾਈ ਸਰਬ ਕਲਾ ਭਰਪੂਰ। ਸਾਸ ਗਿਰਾਸ ਨ ਵਿਸਰੈ ਭਾਈ ਪੇਖੋ ਸਦਾ ਹਜੂਰ। ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿਆ ਭਰਪੂਰ। ਜਿਨ੍ਹਾਂ ਪ੍ਰੀਤ ਨਾ ਲੱਗੀਆਂ ਭਾਈ ਸੇ ਨਿਤ ਨਿਤ ਮਰਦੇ ਝੂਰ। ਅੰਚਲ ਲਾਏ ਤਰਾਇਆ ਭਾਈ ਭੌਜਲ ਦੁੱਖ ਸੰਸਾਰ। ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀਤੋ ਨਿਅੰਗ ਅਪਾਰ। ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ। ਨਾਨਕ ਤਿਸ ਸਰਨਾਗਤੀ ਭਾਈ ਜੇ ਕੇਲ ਵਿਖ ਘਾਟਣ ਹਾਰ। ਅੰਚਲ ਲਾਏ ਤਰਾਇਆ ਭਾਈ ਭੌਜਲ ਦੁੱਖ ਸੰਸਾਰ। ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀਤੋ ਨਿਅੰਗ ਅਪਾਰ। ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ। ਨਾਨਕ ਤਿਸ ਸਰਨਾਗਤੀ ਭਾਈ ਜੇ ਕੇਲ ਵਿਖ ਕਾਟਣ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ 5ਵੇਂ ਪਾਤਸ਼ਾਹ ਜੀ ਦੇ ਸੋਰਠ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ। ਘਰ ਪਹਿਲੇ ਸੁਰਤਾਲ ਦੇ ਵਿੱਚ ਗਾਉਣ ਦਾ ਹੁਕਮ ਹੈ। 8 ਪਦਿਆਂ ਵਾਲਾ ਸ਼ਬਦ ਹੈ। ਪਰਮਾਤਮਾ ਇੱਕ ਹੈ ਜਿਸ ਦੇ ਨਾਲ ਮਿਲਾਪ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਹੁੰਦਾ ਹੈ। ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ, ਹੇ ਮੇਰੇ ਮਨ, ਸਦਾ ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ ਨੂੰ ਆਪਣੇ ਨਾਮ ਦੀ ਦਾਤ ਦਿੰਦਾ ਹੈ। ਉਹ ਸਾਰੇ ਦੁੱਖਾਂ ਪੀੜਾਂ ਦਾ ਨਾਸ ਕਰਨ ਵਾਲਾ ਹੈ। ਠਹਿਰਾਓ, ਹੇ ਭਾਈ, ਜਿਸ ਪਰਮਾਤਮਾ ਨੇ ਆਪ ਹੀ ਸਾਰਾ ਜਗਤ ਪੈਦਾ ਕੀਤਾ ਹੈ, ਜੋ ਸਾਰੇ ਜਗਤ ਦਾ ਮੂਲ ਹੈ, ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ, ਜਿਸ ਨੇ ਆਪਣੀ ਸੱਤਿਆ ਦੇ ਕੇ ਮਨੁੱਖ ਦਾ ਜਿੰਦ ਅਤੇ ਸਰੀਰ ਪੈਦਾ ਕੀਤਾ ਹੈ, ਉਹ ਕਰਤਾਰ ਤਾਂ ਕਿਸੇ ਪਾਸੋਂ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਹੇ ਭਾਈ, ਉਹ ਕਰਤਾਰ ਦਾ ਸਰੂਪ ਦੱਸਿਆ ਨਹੀਂ ਜਾ ਸਕਦਾ, ਉਸ ਨੂੰ ਕਿਵੇਂ ਵੇਖਿਆ ਜਾਏ? ਹੇ ਭਾਈ, ਗੋਬਿੰਦ ਦੇ ਰੂਪ ਗੁਰੂ ਦੀ ਸਿਫਤ ਕਰਨੀ ਚਾਹੀਦੀ ਹੈ, ਕਿਉਂਕਿ ਗੁਰੂ ਪਾਸੋਂ ਹੀ ਸਾਰੇ ਜਗਤ ਦੇ ਮੂਲ ਪਰਮਾਤਮਾ ਦੀ ਸੂਝ ਪੈ ਸਕਦੀ ਹੈ। ਹੇ ਭਾਈ, ਜਿਸ ਪ੍ਰਭੂ ਦੇ ਘਰ ਵਿੱਚ ਹਰੇਕ ਚੀਜ਼ ਮੌਜੂਦ ਹੈ, ਜਿਸ ਦੇ ਘਰ ਵਿੱਚ ਜਗਤ ਦੇ ਸਾਰੇ 9 ਹੀ ਖਜ਼ਾਨੇ ਮੌਜੂਦ ਹਨ, ਜਿਸ ਦੇ ਘਰ ਵਿੱਚ ਭੰਡਾਰੇ ਭਰੇ ਪਏ ਹਨ, ਉਸ ਦਾ ਮੁੱਲ ਨਹੀਂ ਪੈ ਸਕਦਾ। ਉਹ ਸਭ ਤੋਂ ਉੱਚਾ ਹੈ, ਉਹ ਆਪਹੁੰਚ ਹੈ, ਉਹ ਬੇਅੰਤ ਹੈ। ਹੇ ਭਾਈ, ਉਹ ਪ੍ਰਭੂ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਉਹ ਸਦਾ ਹੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ। ਉਸ ਦਾ ਦਰਸ਼ਨ ਕਰਨ ਲਈ ਹੇ ਭਾਈ ਪੂਰੇ ਗੁਰੂ ਨੂੰ ਮਿਲਣਾ ਚਾਹੀਦਾ ਹੈ। ਗੁਰੂ ਹੀ ਆਪਣੇ ਸ਼ਬਦ ਵਿੱਚ ਜੋੜ ਕੇ ਪਰਮਾਤਮਾ ਨਾਲ ਮਿਲਾ ਸਕਣ ਵਾਲਾ ਹੈ। ਹੇ ਭਾਈ, ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੇ ਚਰਨ ਹਿਰਦੇ ਵਿੱਚ ਵਸਾਈ ਰੱਖਣੇ ਚਾਹੀਦੇ ਹਨ। ਇਸ ਤਰ੍ਹਾਂ ਮਨ ਦੀ ਭਟਕਣਾ ਦਾ, ਹਰੇਕ ਕਿਸਮ ਦੇ ਡਰ ਦਾ ਨਾਸ਼ ਹੋ ਜਾਂਦਾ ਹੈ। ਹੇ ਭਾਈ, ਸਾਧ ਸੰਗਤ ਵਿੱਚ ਮਿਲ ਕੇ ਮਨ ਨੂੰ ਸਾਫ਼ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਪਰਮਾਤਮਾ ਦੇ ਨਾਮ ਵਿੱਚ ਮਨ ਦਾ ਨਿਵਾਸ ਹੋ ਜਾਂਦਾ ਹੈ। ਸਾਧ ਸੰਗਤ ਦੀ ਬਰਕਤ ਨਾਲ ਹੇ ਭਾਈ
ਆਤਮਕ ਜੀਵਨ ਵੱਲੋਂ ਬੇਸਮਝੀ ਦਾ ਹਨੇਰਾ ਮਨੁੱਖ ਦੇ ਅੰਦਰੋਂ ਮਿਟ ਜਾਂਦਾ ਹੈ, ਹਿਰਦੇ ਦੇ ਕੌਲ ਫੁੱਲ ਦਾ ਖਿੜਾਓ ਹੋ ਜਾਂਦਾ ਹੈ। ਹੇ ਭਾਈ, ਗੁਰੂ ਦੇ ਬਚਨਾਂ ਉੱਤੇ ਤੁਰਿਆਂ ਆਤਮਕ ਆਨੰਦ ਪੈਦਾ ਹੁੰਦਾ ਹੈ, ਸਾਰੇ ਫਲ ਗੁਰੂ ਦੇ ਕੋਲ ਹਨ। ਹੇ ਭਾਈ, ਵਿਤਕਰਾ ਛੱਡ ਦੇਣਾ ਚਾਹੀਦਾ ਹੈ, ਸਭਨਾਂ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ ਹੈ। ਹੇ ਭਾਈ, ਪਰਮਾਤਮਾ ਹਰੇਕ ਸਰੀਰ ਵਿੱਚ ਵਸ ਰਿਹਾ ਹੈ, ਉਹ ਸਭ ਦੇ ਅੰਗ ਸੰਗ ਹੋ ਕੇ ਸਭ ਦੇ ਕੰਮਾਂ ਨੂੰ ਵੇਖਦਾ ਹੈ, ਸਭਨਾਂ ਦੀਆਂ ਗੱਲਾਂ ਸੁਣਦਾ ਹੈ। ਹੇ ਭਾਈ, ਜਿਸ ਦਿਨ ਪਰਮਾਤਮਾ ਭੁੱਲ ਜਾਏ, ਉਸ ਦਿਨ ਦੁਖੀ ਹੋ ਕੇ ਆਤਮਕ ਮੌਤ ਸਹੇੜ ਲਈਦੀ ਹੈ। ਹੇ ਭਾਈ, ਇਹ ਯਾਦ ਰੱਖੋ ਕਿ ਪਰਮਾਤਮਾ ਸਭ ਕੁਝ ਕਰ ਸਕਣ ਵਾਲਾ ਹੈ ਅਤੇ ਜੀਵਾਂ ਪਾਸੋਂ ਕਰਾ ਸਕਣ ਵਾਲਾ ਹੈ। ਪਰਮਾਤਮਾ ਵਿੱਚ ਸਾਰੀਆਂ ਤਾਕਤਾਂ ਮੌਜੂਦ ਹਨ। ਹੇ ਭਾਈ, ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦੇ ਪਿਆਰ ਦਾ ਕੀਮਤੀ ਧਨ ਮੌਜੂਦ ਹੈ, ਹਰ ਨਾਮ ਮੌਜੂਦ ਹੈ, ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ ਨਾਸ ਹੋ ਜਾਂਦਾ ਹੈ। ਹੇ ਭਾਈ, ਉਸ ਪਰਮਾਤਮਾ ਨੂੰ ਜਦੋਂ ਚੰਗਾ ਲੱਗੇ, ਤਦੋਂ ਉਹ ਜਿਸ ਨੂੰ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ, ਉਸ ਦੇ ਹਿਰਦੇ ਵਿੱਚ ਉਸ ਪ੍ਰਭੂ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ। ਹੇ ਭਾਈ, ਗੁਰੂ ਦੇ ਸਨਮੁਖ ਹੋਇਆਂ ਹਿਰਦੇ ਦਾ ਕੌਲ ਫੁੱਲ ਖਿੜ ਪੈਂਦਾ ਹੈ, ਹਿਰਦੇ ਵਿੱਚ ਆਤਮਿਕ ਜੀਵਨ ਦੀ ਸੋਝੀ ਦਾ ਚਾਨਣ ਹੋ ਜਾਂਦਾ ਹੈ। ਹੇ ਭਾਈ, ਗੁਰੂ ਦੀ ਸ਼ਰਨ ਪਿਆਂ ਮਨੁੱਖ ਦੇ ਅੰਦਰ ਪਰਮਾਤਮਾ ਦੀ ਤਾਕਤ ਪ੍ਰਗਟ ਹੋ ਜਾਂਦੀ ਹੈ। ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਬੇਅੰਤ ਤਾਕਤਾਂ ਦਾ ਮਾਲਕ ਹੈ ਅਤੇ ਪ੍ਰਭੂ ਦੀ ਤਾਕਤ ਨਾਲ ਹੀ ਧਰਤੀ ਖਿੜੀ ਹੋਈ ਹੈ, ਆਕਾਸ਼ ਖਿੜਿਆ ਹੋਇਆ ਹੈ। ਹੇ ਭਾਈ, ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸੰਤੋਖ ਦੀ ਦਾਤ ਦੇ ਦਿੱਤੀ, ਉਸਦੇ ਅੰਦਰ ਦਿਨ ਰਾਤ ਪ੍ਰਭੂ ਚਰਨਾਂ ਦਾ ਪਿਆਰ ਬਣਿਆ ਰਹਿੰਦਾ ਹੈ। ਉਹ ਮਨੁੱਖ ਸਦਾ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ। ਨਾਮ ਜਪਣ ਦਾ ਇਹ ਸਵਾਦ, ਇਹ ਨਿਸ਼ਾਨਾ ਉਸਦੇ ਅੰਦਰ ਸਦਾ ਕਾਇਮ ਰਹਿੰਦਾ ਹੈ। ਹੇ ਭਾਈ, ਉਹ ਮਨੁੱਖ ਆਪਣੇ ਕੰਨਾਂ ਨਾਲ ਪਰਮਾਤਮਾ ਦੀ ਸਿਫਤ ਸਲਾਹ ਸੁਣ ਸੁਣ ਕੇ ਆਤਮਿਕ ਜੀਵਨ ਹਾਸਲ ਕਰਦਾ ਰਹਿੰਦਾ ਹੈ। ਉਹ ਪ੍ਰਭੂ ਚਰਨਾਂ ਵਿੱਚ ਅਟਲ ਥਾਂ ਪ੍ਰਾਪਤ ਕਰੀ ਰੱਖਦਾ ਹੈ। ਪਰ ਹੇ ਭਾਈ, ਜਿਸ ਮਨੁੱਖ ਨੂੰ ਗੁਰੂ ਉੱਤੇ ਇਤਵਾਰ ਨਹੀਂ ਬੱਝਦਾ, ਉਸਦੀ ਨਿਭਾਗੀ ਜਿੰਦ ਵਿਕਾਰਾਂ ਵਿੱਚ ਹੀ ਸੜ ਜਾਂਦੀ ਹੈ, ਆਤਮਕ ਮੌਤ ਸਹੇੜ ਲੈਂਦੀ ਹੈ। ਹੇ ਭਾਈ, ਮੇਰੇ ਮਾਲਕ ਪ੍ਰਭੂ ਵਿੱਚ ਬੇਅੰਤ ਗੁਣ ਹਨ, ਮੈਂ ਉਸ ਦੇ ਸਦਕੇ ਕੁਰਬਾਨ ਜਾਂਦਾ। ਹੇ ਭਾਈ, ਉਹ ਮਾਲਕ ਗੁਣਹੀਨ ਨੂੰ ਵੀ ਪਾਲਦਾ ਹੈ, ਉਹ ਨਿਆਸਰੇ ਮਨੁੱਖ ਨੂੰ ਸਹਾਰਾ ਦਿੰਦਾ ਹੈ, ਉਹ ਮਾਲਕ ਹਰੇਕ ਸਾਹ ਦੇ ਨਾਲ ਰਿਜ਼ਕ ਅਪਣਾਉਂਦਾ ਹੈ, ਉਸਦਾ ਨਾਮ ਸਿਮਰਨ ਕਰਨ ਵਾਲੇ ਦੇ ਮਨ ਉੱਤੇ ਪ੍ਰੇਮ ਦਾ ਗੂੜਾ ਰੰਗ ਚਾੜ ਦਿੰਦਾ ਹੈ। ਹੇ ਭਾਈ, ਜਿਸ ਮਨੁੱਖ ਨੂੰ ਸੱਚਾ ਗੁਰੂ ਮਿਲ ਪੈਂਦਾ, ਉਸ ਨੂੰ ਪ੍ਰਭੂ ਮਿਲ ਪੈਂਦਾ, ਉਸਦੀ ਕਿਸਮਤ ਜਾਗ ਪੈਂਦੀ ਹੈ। ਹੇ ਭਾਈ, ਉਹ ਪਰਮਾਤਮਾ ਸਾਰੀਆਂ ਤਾਕਤਾਂ ਨਾਲ ਭਰਪੂਰ ਹੈ, ਉਸਦੀ ਯਾਦ ਤੋਂ ਬਿਨਾਂ ਇੱਕ ਘੜੀ ਭਰ ਵੀ ਮਨੁੱਖ ਦਾ ਆਤਮਿਕ ਜੀਵਨ ਕਾਇਮ ਨਹੀਂ ਰਹਿ ਸਕਦਾ। ਹੇ ਭਾਈ, ਮੈਂ ਤਾਂ ਉਸ ਪਰਮਾਤਮਾ ਨੂੰ ਆਪਣੇ ਅੰਗ ਸੰਗ ਵਸਦਾ ਵੇਖਦਾ ਹਾਂ, ਮੈਨੂੰ ਉਹ ਖਾਂਦਿਆਂ ਸਾਹ ਲੈਂਦਿਆਂ ਕਦੇ ਵੀ ਨਹੀਂ ਭੁੱਲਦਾ। ਹੇ ਭਾਈ, ਜਿਸ ਮਨੁੱਖ ਨੂੰ ਪਰਮਾਤਮਾ ਨੇ ਗੁਰੂ ਦੀ ਸੰਗਤ ਵਿੱਚ ਮਿਲਾ ਦਿੱਤਾ, ਉਸ ਨੂੰ ਉਹ ਪਰਮਾਤਮਾ ਸਭ ਥਾਂ ਮੌਜੂਦ ਦਿਸਣ ਲੱਗ ਪੈਂਦਾ ਹੈ। ਪਰ ਹੇ ਭਾਈ, ਜਿਸ ਦੇ ਅੰਦਰ ਪਰਮਾਤਮਾ ਦਾ ਪਿਆਰ ਪੈਦਾ ਨਹੀਂ ਹੁੰਦਾ, ਉਹ ਸਦਾ ਚਿੰਤਾਤੁਰ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ। ਹੇ ਭਾਈ, ਸਰਨ ਪਏ ਮਨੁੱਖ ਨੂੰ ਆਪਣੇ ਪੱਲੇ ਲਾ ਕੇ ਪਰਮਾਤਮਾ ਆਪ ਇਸ ਦੁੱਖ ਰੂਪ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।
ਪ੍ਰਭੂ ਉਸ ਉੱਤੇ ਕਿਰਪਾ ਕਰਕੇ ਉਸ ਨੂੰ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ, ਉਸ ਦਾ ਬੇਅੰਤ ਪੱਖ ਕਰਦਾ ਹੈ। ਹੇ ਭਾਈ, ਉਸ ਮਨੁੱਖ ਦਾ ਮਨ ਠੰਡਾ ਹੋ ਜਾਂਦਾ ਹੈ, ਸਰੀਰ ਸ਼ਾਂਤ ਹੋ ਜਾਂਦਾ ਹੈ, ਉਹ ਆਪਣੇ ਆਤਮਿਕ ਜੀਵਨ ਵਾਸਤੇ ਨਾਮ ਦੀ ਖੁਰਾਕ ਖਾਂਦਾ ਹੈ, ਨਾਮ ਦਾ ਸਹਾਰਾ ਲੈਂਦਾ ਹੈ। ਹੇ ਨਾਨਕ ਆਖ, ਹੇ ਭਾਈ, ਉਸ ਪਰਮਾਤਮਾ ਦੀ ਸ਼ਰਨ ਪਵੋ ਜੋ ਸਾਰੇ ਪਾਪ ਕੱਟ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਸ ਇਜ਼ ਟੁਡੇਜ਼ ਹੁਕਮਨਾਮਾ ਫਰੋਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਅਟੈਂਡ ਬਾਏ ਅਵਰ ਫਿਫਥ ਗੁਰੂ, ਗੁਰੂ ਅਰਜਨ ਦੇਵ ਜੀ, ਅੰਡਰ ਹੈਡਿੰਗ ਸੋਰਟ, ਫਿਫਥ ਮਹਿਲ, ਫਸਟ ਹਾਊਸ, ਅਸ਼ਟਪਦੀਸ, ਵਨ ਯੂਨੀਵਰਸਲ ਕ੍ਰੀਏਟਰ ਗੋਡ ਬਾਏ ਦਾ ਗਰੇਸ ਆਫ ਦਾ ਟਰੂ ਗੁਰੂ। ਗੁਰੂ ਸਾਹਿਬ ਜੀ ਸੇ ਦੈਟ ਦ ਵਨ ਹੂ ਕ੍ਰੀਏਟਡ ਦਾ ਹੋਲ ਵਰਲਡ, ਓ ਸਿਬਲਿੰਗਸ ਆਫ ਡੈਸਟਨੀ, ਇਜ਼ ਦਾ ਅਲਮਾਈਟੀ ਲਾਰਡ, ਦ ਕਾਜ ਆਫ ਕਾਜ਼ਸ, ਹੀ ਫੈਸ਼ਨਡ ਦਾ ਸੋਲ ਐਂਡ ਦਾ ਬਾਡੀ, ਓ ਸਿਬਲਿੰਗਸ ਆਫ ਡੈਸਟਨੀ, ਬਾਏ ਹਿਜ਼ ਓਨ ਪਾਵਰ, ਹਾਓ ਕੈਨ ਹੀ ਬੀ ਡਿਸਕ੍ਰਾਈਬਡ, ਹਾਓ ਕੈਨ ਹੀ ਬੀ ਸੀਨ, ਓ ਸਿਬਲਿੰਗਸ ਆਫ ਡੈਸਟਨੀ, ਦਾ ਕ੍ਰੀਏਟਰ ਇਜ਼ ਵਨ, ਹੀ ਇਜ਼ ਇਨਡਿਸਕ੍ਰਾਈਬੇਬਲ, ਪ੍ਰੇਜ਼ ਦਾ ਗੁਰੂ, ਦ ਲੋਰਡ ਆਫ ਦਾ ਯੂਨੀਵਰਸ, ਓ ਸਿਬਲਿੰਗਸ ਆਫ ਡੈਸਟਨੀ, ਥਰੂ ਹਿਮ ਦਾ ਇਸੈਂਸ ਇਜ਼ ਨੋਨ, ਓ ਮਾਈ ਮਾਈਂਡ ਮੈਡੀਟੇਟ ਔਨ ਦਾ ਲੋਰਡ, ਦ ਲੋਰਡ ਗੋਡ, ਹੀ ਬਲੈਸਸ ਹਿਜ਼ ਸਰਵੈਂਟ ਵਿਦ ਦਾ ਗਿਫਟ ਆਫ ਦਾ ਨਾਮ, ਹੀ ਇਜ਼ ਦਾ ਡਿਸਟਰੋਇਰ ਆਫ ਪੇਨ ਐਂਡ ਸਫਰਿੰਗ, ਪਾਜ਼, ਐਵਰੀਥਿੰਗ ਇਜ਼ ਇਨ ਹਿਜ਼ ਹੋਮ, ਓ ਸਿਬਲਿੰਗਸ ਆਫ ਡੈਸਟਨੀ, ਹਿਜ਼ ਵੇਅਰ ਹਾਊਸ ਇਜ਼ ਓਵਰਫਲੋਇੰਗ ਵਿਦ ਦਾ ਨਾਈਨ ਟ੍ਰੇਅਰਸ, ਹਿਜ਼ ਵਰਥ ਕੈਨੋਟ ਬੀ ਐਸਟੀਮੇਟਿਡ, ਓ ਸਿਬਲਿੰਗਸ ਆਫ ਡੈਸਟਨੀ, ਹੀ ਇਜ਼ ਲੋਫਟੀ, ਇਨਐਕਸੈਸਿਬਲ ਐਂਡ ਇਨਫਿਨਿਟ, ਹੀ ਚੈਰਿਸ਼ਿਸ ਆਲ ਬੀਂਗਸ ਐਂਡ ਕ੍ਰੀਏਚਰਸ, ਓ ਸਿਬਲਿੰਗਸ ਆਫ ਡੈਸਟਨੀ, ਹੀ ਕੰਟੀਨਿਊਅਲੀ ਟੇਕਸ ਕੇਅਰ ਆਫ ਦੈਮ, ਸੋ ਮੀਟ ਵਿਦ ਦਾ ਪਰਫੈਕਟ ਟੂ ਗੁਰੂ, ਓ ਸਿਬਲਿੰਗਸ ਆਫ ਡੈਸਟਨੀ, ਐਂਡ ਮਰਜ ਇਨ ਦ ਵਰਡ ਆਫ ਦਾ ਸ਼ਬਦ, ਅਡੋਰਿੰਗ ਦਾ ਫੀਟ ਆਫ ਦਾ ਟਰੂ ਗੁਰੂ, ਓ ਸਿਬਲਿੰਗਸ ਆਫ ਡੈਸਟਨੀ, ਡਾਊਟ ਐਂਡ ਫੀਅਰ ਆਰ ਡਿਸਪੈਲਡ, ਜੁਆਇਨਿੰਗ ਦਾ ਸੋਸਾਇਟੀ ਆਫ ਸੈਂਟਸ, ਕਲੀਨਸ ਯੂਅਰ ਮਾਇੰਡ, ਓ ਸਿਬਲਿੰਗਸ ਆਫ ਡੈਸਟਨੀ, ਐਂਡ ਡਵੈਲ ਇਨ ਦਾ ਨੇਮ ਆਫ ਦ ਲੋਰਡ, ਦ ਡਾਰਕਨੈਸ ਆਫ ਇਗਨੋਰੈਂਸ ਸ਼ੈਲ ਬੀ ਡਿਸਪੈਲਡ, ਓ ਸਿਬਲਿੰਗਸ ਆਫ ਡੈਸਟਨੀ, ਐਂਡ ਦ ਲੋਟਸ ਆਫ ਯੂਅਰ ਹਰਟ ਸ਼ੈਲ ਬਲੋਸਮ ਫੋਰਥ, ਬਾਏ ਦ ਗੁਰੂਜ਼ ਵਰਡ ਪੀਸ ਵੈਲਸ ਅਪ, ਓ ਸਿਬਲਿੰਗਸ ਆਫ ਡੈਸਟਨੀ, ਆਲ ਫਰੂਟਸ ਆਰ ਵਿਦ ਦ ਟਰੂ ਗੁਰੂ, ਗਿਵ ਅਪ ਯੂਅਰ ਸੈਂਸ ਆਫ ਮਾਈਂਡ ਐਂਡ ਯੂਅਰਸ, ਓ ਸਿਬਲਿੰਗਸ ਆਫ ਡੈਸਟਨੀ, ਐਂਡ ਬਿਕਮ ਦ ਡਸਟ ਆਫ ਦ ਫੀਟ ਆਫ ਆਲ, ਇਨ ਈਚ ਐਂਡ ਐਵਰੀ ਹਰਟ ਗੋਡ ਇਜ਼ ਕੰਟੇਨਡ, ਓ ਸਿਬਲਿੰਗਸ ਆਫ ਡੈਸਟਨੀ, ਹੀ ਸੀਜ ਐਂਡ ਹੀਅਰਸ, ਐਂਡ ਇਜ਼ ਐਵਰ ਪ੍ਰੈਜੈਂਟ ਵਿਦ ਅਸ, ਓਨ ਦੈਟ ਡੇ ਵੈਨ ਵਨ ਫੋਰਗੈਟਸ ਦ ਸੁਪਰੀਮ ਲੋਰਡ ਗੋਡ, ਓ ਸਿਬਲਿੰਗਸ ਆਫ ਡੈਸਟਨੀ, ਓਨ ਦੈਟ ਡੇ ਵਨ ਆਊਟ ਟੂ ਡਾਈ ਕਰਾਇੰਗ ਆਊਟ ਇਨ ਪੇਨ, ਹੀ ਇਜ਼ ਦਾ ਆਲ ਪਾਵਰਫੁਲ ਕਾਜ਼ ਆਫ ਕਾਜ਼ਸ, ਓ ਸਿਬਲਿੰਗਸ ਆਫ ਡੈਸਟਨੀ, ਹੀ ਇਜ਼ ਟੋਟਲੀ ਫਿਲਡ ਵਿਦ ਦਾ ਆਲ ਪਾਵਰਸ, ਦ ਲਵ ਆਫ ਦ ਨਾਮ ਇਜ਼ name is the greatest treasure, O siblings of destiny, through it
emotional attachment to Maya is dispelled. If it is pleasing to his will, then he unites us in his union. O siblings of destiny, the name of the Lord comes to abide in the mind. The heart lotus of the Gurmukh blossoms forth. O siblings of destiny, and the heart is illuminated. The glory of God has revealed. O siblings of destiny, and the earth and sky have blossomed forth. The perfect Guru has blessed me with contentment. O siblings of destiny, day and night I remain attached to the Lord's love. My tongue continually chants the Lord's name. O siblings of destiny, this is the true taste, the object of human life. Listening with my ears, I hear and so I live. O siblings of destiny, I have obtained the unchanting, unmoving state. That soul which does not place its faith in the Lord shall burn. O siblings of destiny, my Lord and Master has so many virtues. O siblings of destiny, I am a sacrifice to him. He nurtures even the most worthless. O siblings of destiny, and gives him home to the homeless. He gives us nourishment with each and every breath. O siblings of destiny, his name is everlasting. One who meets with the true Guru, O siblings of destiny, does so only by perfect destiny. Without him, I cannot live even for an instant. O siblings of destiny, he is totally filled with all powers, with every breath and morsel of food. I will not forget him. O siblings of destiny, I behold him ever present in the satsangat, the company of the holy. I meet him. O siblings of destiny, he is totally pervading and permeating everywhere. Those who do not embrace love for the Lord, the siblings of destiny, always die crying out in pain. Grasping hold of the hem of his robe, O siblings of destiny, we are carried across the world ocean of fear and pain. By his glance of grace, he has blessed us. O siblings of destiny, he shall be with us until the very end. My mind and body are soothed and calmed. O siblings of destiny, nourished by the food of the Naam, Nanak has entered his sanctuary. O siblings of destiny, the Lord is the destroyer of sins. Vaheguru Ji Ka Khalsa, Vaheguru Ji Ki Fateh.